ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ, ਸੋ ਗੋ ਐਂਡ ਸਬਸਕ੍ਰਾਈਬ। ਭਾਈ ਦੱਸ ਦਈਏ ਕਿ ਅਸੀਂ ਫਿਰਦੇ ਹਾਂ ਜੀ ਸ਼ਾਹੀ ਸ਼ਹਿਰ ਰੋਇਲ ਸਿਟੀ ਪਟਿਆਲਾ ਦੇ ਮੋਦੀ ਕਾਲਜ ਦੇ ਵਿੱਚ, ਹੈ ਨਾ। ਕੁੜੀਆਂ ਦੇ ਵਿੱਚ ਬਹੁਤ ਟੈਲੈਂਟ ਹੈ, ਗਾਉਂਦੀਆਂ ਵੀ ਹੈ ਅਤੇ ਉਹ ਫਿਰ ਫੂਫਾਂ ਜਿਹਾ ਵੀ ਵਧੀਆ ਕਰਦੀਆਂ। ਅਤੇ ਹੁਣ ਸੋਹਣੇ ਸੋਹਣੇ ਮੁੰਡੇ ਸੁਨੱਖੇ, ਹੈ ਨਾ, ਪਿੱਛੇ ਖੜ੍ਹੇ ਟੌਟਰ ਕੱਢ ਕੇ ਆਏ ਸੀ ਕਾਲਜ ਦੇ ਵਿੱਚ, ਇੱਕ ਤੋਂ ਵੱਧ ਕੇ ਇੱਕ, ਚੜ੍ਹਦੀ ਜਵਾਨੀ। ਆਪਾਂ ਇਹਨਾਂ ਗੱਲਾਂ ਬਾਤਾਂ ਕਰਦੇ, ਨਾਲੇ ਇਹਨਾਂ ਦਾ ਟੈਲੈਂਟ ਦੇਖੀਏ ਵੀ ਕਿੰਨਾ ਕੁ, ਹੈ ਨਾ। ਸੋ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਡੈਡੀ ਕੁੱਟਦਾ ਜੀ? ਬਹੁਤ ਕੁੱਟਦਾ ਜੀ। ਕੀ ਨਾਮ ਆਪਣਾ? ਮੇਰਾ ਨਾਮ ਤੇਜਵੀਰ। ਬਾਈ ਤੇਜਵੀਰ ਦੇ ਡੈਡੀ ਟੀਵੀ ਮੋਹਰੇ ਬੈਠੇ, ਦੇਖੋ ਜੀ, ਨਾ ਕੁੱਟਿਆ ਕਰੋ ਵਿਚਾਰੇ ਤੇਜਵੀਰ ਨੂੰ। ਹਾਂ, ਇੱਕ ਅਰਜ਼ ਹੈ, ਇੱਕ ਬੇਨਤੀ ਹੈ, ਬਈ ਕੀ ਕਰੋਗੇ ਇਹੋ ਜਿਹੇ ਕੁੱਟ ਕੇ? ਕੋਈ ਫਾਇਦਾ ਨਹੀਂ ਹੁੰਦਾ ਇਹੋ ਜਿਹੇ ਕੁੱਟਣ ਦਾ, ਕੋਈ ਫਾਇਦਾ ਨਹੀਂ। ਤੁਸੀਂ ਐਵੇਂ ਆਪਣੇ ਹੱਥ ਪੈਰ ਘਸਾਉਂਦੇ ਹੋ, ਕਿਉਂ ਜੀ? ਸਹੀ ਗੱਲ ਹੈ ਜੀ, ਆਪਾਂ ਨੂੰ ਕਿਹੜਾ ਕੋਈ ਅਸਰ ਹੈ? ਆਪਾਂ ਨੂੰ ਕਿਹੜਾ ਅਸਰ ਹੈ ਵੀ ਡੈਡੀ ਭਾਵੇਂ 4 ਲਾ ਲੈ ਭਾਵੇਂ 8 ਲਾ ਲੈ, ਡੈਡੀ ਤੋਂ ਖਰਚੀ ਮੰਗੋ। ਡੈਡੀ ਟੀਵੀ ਦੇ ਅੱਗੇ ਬੈਠੇ ਆ, ਉਹ ਡੈਡੀ ਬੈਠੇ ਤੁਹਾਡੇ ਹੁਣ। ਡੈਡੀ ਜੀ, ਇਹ ਖਰਚੀ ਆਉਂਦੀ ਹੈ? ਮੈਂ ਕਿਹਾ ਟੀਵੀ ਦੇ ਅੱਗੇ ਕਹਿ ਰਿਹਾ। ਅੱਛਾ, ਹਾਂ ਜੀ, ਟੀਵੀ ਦੇ ਅੱਗੇ ਕਹਿ ਰਹੇ ਪਾਪਾ ਜੀ? ਆਏ ਹਾਂ, ਹਾਂਜੀ, ਖਰਚੀ ਦੇ ਦਿਆ ਕਰੋ ਜੀ ਟਾਈਮ ਟਾਈਮ 'ਤੇ। ਅੱਛਾ ਜੀ, ਕੁੱਟ ਭਾਵੇਂ ਜਿੰਨਾ ਮਰਜ਼ੀ ਲਿਓ, ਬਾਹਰ ਖਰਚੀ ਦੇ ਦਿਆ ਕਰੋ। ਮਤਲਬ ਕਿ 76 ਭਾਵੇਂ 4 ਵੱਧ ਪੈਣ, ਪੈਸਾ ਜ਼ਰੂਰ 10,000 ਰੁਪਇਆ ਆਉਣਾ ਚਾਹੀਦਾ। ਪੈਸਾ ਜ਼ਰੂਰ 10,000 ਆਉਣਾ ਚਾਹੀਦਾ ਜੀ, ਕਿਉਂਕਿ ਖਰਚੇ ਬਹੁਤ ਆਪਣੇ, ਉਹ ਕੁੜੀਆਂ ਵੀ ਫਸਾਣੀਆਂ ਹੁੰਦੀਆਂ ਖਰਚੇ। ਅੱਛਾ, ਇਹ ਜ਼ਿਆਦਾ ਪੈਸਾ ਆਪਣਾ ਕਿਹਨਾਂ ਦੇ ਉੱਡਦਾ, ਆਪਣੇ ਉੱਤੇ ਕਿ ਕੁੜੀਆਂ ਦੇ ਉੱਤੇ? ਖਰਚਾ ਹੁਣ ਤੱਕ ਤਾਂ ਆਪਣੇ 'ਤੇ ਉੱਡ ਰਿਹਾ ਯਾਰ, ਕੁੜੀਆਂ ਫਸੀਆਂ ਹੀ ਨਹੀਂ ਯਾਰ। ਅੱਛਾ ਅੱਛਾ, ਹਜੇ ਤੱਕ ਆਪਣੇ 'ਤੇ ਖਰਚਾ ਕਰੀ ਜਾਂਦੇ? ਆਪਣੇ 'ਤੇ ਉੱਡ ਰਿਹਾ। ਅੱਛਾ ਅੱਛਾ, ਤੇ ਆਪਾਂ ਨੂੰ ਗੀਤ ਆਉਂਦਾ ਕੋਈ, ਚੁਟਕਲਾ ਕੋਈ? ਆਪਣਾ ਤਾਂ ਬੋਲੀਆਂ ਨਹੀਂ ਹੈ। ਹਾਂ, ਬੋਲੀ ਪਾ ਦਿਓ ਬਾਈ। ਬਾਰੀ ਵਰਸੀ ਖੜਨ ਗਿਆ ਸੀ, ਕੀ ਖੜ ਲਿਆਂਦਾ ਬਾਈ? ਉਹ ਖੜ ਕੇ ਲਿਆਉਂਦਾ ਪਾਣ। ਅੱਛਾ, ਅੱਜ ਮੈਂ ਸਭ ਨੂੰ ਪਾਰਟੀ ਕਰੂੰ ਜੇ ਮੇਰੇ ਕੋਲ ਫਸ ਗਈ ਮੁਸਕਾਨ। ਤੰਗ ਬਹੁਤ ਆ, ਕਿੱਥੋਂ ਆ ਰਹੀਆਂ ਬੋਲੀਆਂ ਵੀ? ਐ ਤੰਗ ਬਹੁਤ ਆ ਤੂੰ ਨਾ ਯਾਰ, ਭੀੜੇ ਯਾਰ, ਮਰਜ਼ੀ ਅੱਗੇ ਆ ਜਾਂਦੇ ਆਪਾਂ ਸਿੰਗਰ ਵਾਲੀ ਫੀਲ ਲਾਉਣਾ ਹੁਣ ਬਾਈ ਬੋਲੀ। ਹਾਂ, ਪਿੱਛੋ ਵੀ ਪਿੱਛੋ, ਕਦੇ ਕਦੇ ਮਾੜਾ ਜਾਂਦਾ। ਬਾਰੀ ਵਰਸੀ ਖੜਨ ਗਿਆ ਸੀ, ਖੜ ਕੇ ਲਿਆਉਂਦੀ ਖੁਸ਼ੀ, ਅੱਜ ਮੈਂ ਸਭ ਨੂੰ ਪਾਰਟੀ ਕਰੂੰ ਜੇ ਮੇਰੇ ਕੋਲ ਫਸ ਗਈ ਬੀਕੌਮ ਵਾਲੀ ਯੂਸ਼ੀ। ਨਾ ਮੁਸਕਾਨ ਆਉਣੀ ਇਹਦੇ ਕੋਲ, ਨਾ ਇਹਦੇ ਕੋਲ ਖੁਸ਼ੀ ਆਉਣੀ। 76 ਜ਼ਰੂਰ ਪੈਣਗੇ ਘਰਦਿਆਂ ਤੋਂ ਵੀ, ਆ ਖੁਸ਼ੀਆਂ ਤੋਂ ਵੀ ਪੈਣਗੇ, ਮੰਨਣ ਵਾਲੀ ਗੱਲ ਹੈ। ਹਾਂਜੀ ਹਾਂਜੀ, ਕੀ ਦੱਸੋ ਤੁਸੀਂ? ਕਹਿੰਦਾ ਮੈਨੂੰ ਕਰ ਲਓ, ਮੈਨੂੰ ਕਰ ਲਓ ਅੱਗੇ। ਮੈਂ ਕਿਹਾ ਦੱਸੋ, ਤੁਸੀਂ ਦੱਸੋ ਕੀ ਜ਼ਿਆਦਾ ਘਰ 'ਚ ਕਿਹਦੇ ਨਾਲ ਭਿੜਦੀ ਹੈ, ਡੈਡੀ ਨਾਲ ਕਿ ਮੰਮੀ ਨਾਲ? ਡੈਡੀ ਨਾਲ। ਡੈਡੀ ਨਾਲ ਕਿਸ ਗੱਲ ਤੋਂ? ਗਾਲਾਂ ਪੈਂਦੀਆਂ। ਗਾਲਾਂ ਕਿਸ ਗੱਲ ਤੋਂ? ਗਾਲਾਂ ਪੈਂਦੀਆਂ, ਕੰਮ ਨਹੀਂ ਕਰਦੇ ਕੋਈ। ਹਾਂ, ਕੋਈ ਕੰਮ ਨਹੀਂ ਕਰਦੇ। ਅਤੇ ਹੁਣ ਡੈਡੀ ਤੋਂ ਰੁਪਈਆ ਲੈਣਾ 10,000 ਰੁਪਇਆ, ਸਹੇਲੀ ਕਹਿੰਦੀ ਸ਼ੋਪਿੰਗ ਕਰਨੀ ਹੈ, 10,000 ਰੁਪਇਆ ਚਾਹੀਦਾ। ਹੁਣ ਜੱਟ ਦੀ ਮੋਹਿਤ ਦਾ ਸਵਾਲ ਹੈ, ਜੱਟ ਵਿਹਲਾ, ਡੈਡੀ ਤੋਂ ਪੈਸੇ ਮੰਗਣੇ, ਡੈਡੀ ਬਣੂੰਗਾ ਮੈਂ, ਠੀਕ ਹੈ? ਆਹ ਫੜ ਕੇ ਦਿਓ। ਹੁਣ ਇੰਨਾ ਕੁ ਤੁਸੀਂ ਪ੍ਰਭਾਵ ਪਾਉਣਾ ਡੈਡੀ 'ਤੇ ਵੀ ਡੈਡੀ ਮਿੰਟਾਂ 'ਚ ਕਰਦੇ ਵੀ ਲੈ ਜੋਗਿਆ 10,000 ਰੁਪਇਆ, ਕੋਈ ਚੱਕਰ ਨਹੀਂ। ਡੈਡੀ 10,000 ਰੁਪਇਆ ਚਾਹੀਦਾ ਜੀ। ਕਾਹਦਾ? ਡੈਡੀ ਸਹੇਲੀ ਨੂੰ ਫਿਲਮ ਦਿਖਾਉਣੀ ਸੀ ਡੈਡੀ। 10,000 ਦੀ ਕਿਹੜੀ ਫਿਲਮ ਆ? ਨਹੀਂ, ਕਿਹੜੀ ਇਹੋ ਜਿਹੀ ਫਿਲਮ ਆ ਜਿਹੜੀ 10,000 ਦੀ ਲੱਗਣੀ? ਡੈਡੀ ਕਹਿੰਦੀ SRS 'ਚ ਦੇਖਣੀ ਹੈ ਡੈਡੀ। SRS 10,000 ਦੀ ਟਿਕਟ? ਡੈਡੀ ਉੱਥੇ ਸ਼ੋਪਿੰਗ ਵੀ ਕਰਾਉਣੀ ਆ ਉਹਨੂੰ। ਕੀ ਲੈ ਕੇ ਦੇਵੇਗਾ? ਜੋ ਕੁਛ ਮੰਗੂਗੀ ਡੈਡੀ ਲੈ ਦਾਂਗੇ ਜੀ। ਜੇ ਉਹਨੇ ਕਿਹਾ ਮੈਨੂੰ ਗੱਡੀ ਚਾਹੀਦੀ ਹੈ, ਮੇਰੀ ਵਾਲੀ ਵੇਚ ਦੀ। ਨਹੀਂ, ਕੋਈ ਸ਼ਰਮ ਹੈ? ਕੋਈ ਕੰਮ ਤੇ ਕੁਛ ਨਹੀਂ ਕਰਨਾ ਆਪਾਂ ਡੈਡੀ? ਮੈਂ ਮਿਹਨਤ ਕਰੂੰਗਾ ਡੈਡੀ ਜੀ, ਹੈ, ਮੈਂ ਕੁੜੀਆਂ ਦੇਖਣਾ ਬੰਦ ਕਰ ਦੂੰਗਾ ਡੈਡੀ ਜੀ, ਬਸ ਉਹਨੂੰ ਦੇਖੂੰਗਾ। ਨਹੀਂ ਨਹੀਂ, ਕਿਹਨੂੰ? ਅੱਛਾ, ਸਾਰੀ ਮਿਹਨਤ ਕਰੋ ਉਹ 'ਤੇ ਲਾ ਦੇਗਾ? ਹਾਂਜੀ ਡੈਡੀ ਜੀ, ਕੋਈ ਲਾਂਭਾ ਨਹੀਂ ਆਉਂਦਾ ਤੁਹਾਨੂੰ ਉਹਦਾ। ਤੇਰਾ ਤੇਰਾ ਲਾਂਭਾ ਤੇ ਤੇਰੇ ਲਾਂਭੇ? ਡੈਡੀ ਲਾਂਭਾ ਮੇਰਾ ਤਾਂ ਹੈ ਹੀ ਨਹੀਂ ਕੋਈ। ਕੀ ਨਾਂ ਕੀ ਉਹਦਾ? ਭੁੱਲ ਗਿਆ ਜੀ, ਭੁੱਲ ਗਿਆ, ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ, ਬਹੁਤ ਵਧੀਆ ਬਹੁਤ ਵਧੀਆ। ਨਹੀਂ, ਤਾੜੀ ਆ ਵੀ ਮੁੰਡੇ ਲਈ, ਬਾਕੀ ਮੁੰਡਾ ਫੇਮਸ ਡੈਡੀ, ਨਹੀਂ ਮੁੰਡਾ ਬਹੁਤ ਸੋਹਣਾ ਮੁੰਡਾ। ਇੱਧਰ ਇੱਧਰ ਆਇਓ। ਇਹ ਆਪਣੀ ਹੁਣ ਤੋਂ ਤਿਆਰੀ ਪੁਲਿਸ 'ਚ ਜਾਣ? ਨਾ ਨਾ, ਇੰਡੀਅਨ ਆਰਮੀ। ਆਰਮੀ ਆਰਮੀ ਇੰਡੀਅਨ ਆਰਮੀ? ਹਾਂਜੀ। ਨਾਲੇ ਕਹਿੰਦੇ ਆਰਮੀ ਵਾਲੇ ਭੱਜਦੇ ਹੁੰਦੇ ਆ, ਭਜਾਉਂਦੇ ਹੁੰਦੇ ਆ? ਨਹੀਂ ਨਹੀਂ, ਆਪਾਂ ਜਾਣਾ ਅਫਸਰ ਰੈਂਕ 'ਚ, ਉਹ ਤਾਂ ਕੋਈ ਟੈਨਸ਼ਨ ਨਹੀਂ, ਆਪਾਂ ਭਜਾਵਾਂਗੇ, ਭੱਜਣਾ ਨਹੀਂ। ਅੱਛਾ, ਆਪਾਂ ਭਜਾਵਾਂਗੇ, ਭਜਾਵਾਂਗੇ। ਆਹ ਡੰਡਾ ਇਹ ਕਿਹਾ ਤੁਹਾਡੇ ਕੋਲ, ਇਹਦੇ ਨਾਲ ਕੀ ਕਰਦੇ ਹੁੰਦੇ ਹੋ? ਇਹ ਮਤਲਬ ਜਦੋਂ ਸਿਖਾਉਣ ਸਿਖਾਉਣ ਦੇ ਕੰਮ ਆਉਂਦਾ ਇਹ। ਸਿਖਾਓ ਫਿਰ ਮੈਨੂੰ, ਸਿਖਾਓ। ਡਿਪਟੀ, ਇਹ ਡਿਪਟੀ ਆ ਆਪਣਾ। ਡਿਪਟੀ? ਹਾਂਜੀ। ਤੇ ਸਪੋਜ਼ ਕਰੋ ਮੈਂ ਟ੍ਰੇਨਿੰਗ ਲੈਣੀ ਆ, ਮੈਨੂੰ ਸਿਖਾਓ ਕੀ ਕੀ ਕਰਾਂ? ਬੈਠੋ,
ਬੈਂਡ ਹੋ ਜਾਓ ਬੈਂਡ ਹੋ ਜਾਓ ਬੈਂਡ ਥੱਲੇ 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 ਹੈ ਪੁਸ਼ ਅਪ ਲਾਉਣੇ ਜਿਵੇਂ ਥੱਲੇ ਹੋ ਜਾਓ ਇਦਾਂ ਹੀ ਦੇਖੇ ਨਹੀਂ ਨਹੀਂ ਦੇਖ ਪੁਸ਼ ਅਪ ਲਾ ਬਾਈ ਨਹੀਂ 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 ਮੈਂ ਇੱਧਰ ਮੈਂ ਡਰੈਸ ਆ ਯਾਰ ਨਾ 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 ਮੈਂ ਡਰੈਸ ਲਾ ਕੇ ਦਿਖਾ ਇੱਕ ਵਾਰ ਨਾ ਨਾ ਮੈਂ ਡਰੈਸ ਨਹੀਂ ਡਰੈਸ ਪਾਈ ਹੈ ਨਹੀਂ ਇੱਕ ਵਾਰ ਲਾ ਕੇ ਦਿਖਾ ਪਹਿਲਾਂ ਨਹੀਂ ਨਹੀਂ ਕੀ ਨਾਂ ਕੀ ਤੁਹਾਡਾ ਅਵਨੀਤ ਸਿੰਘ ਅਵਨੀਤ ਸਿੰਘ ਨਹੀਂ ਆਹ ਤਾਂ ਛੱਡ ਦਿਓ ਅੱਛਾ ਜੀ ਤੇ ਲਾਓ ਫਿਰ ਡਾਂਡਾ ਹਾਂਜੀ ਲਾ ਦੇ ਲਾ ਦੇ ਲਾ ਕੇ ਓਏ ਇੱਕ ਦੋ ਤਿੰਨ ਚਾਰ ਪੰਜ ਤਾੜੀਆਂ ਗੱਭਰੂ ਨਹੀਂ ਤਾੜੀਆਂ ਗਾਣਾ ਆਉਂਦਾ ਆਪਾਂ ਨੂੰ ਹਾਂਜੀ ਹਾਂਜੀ ਸੁਣਾਓ ਹਾਏ ਉਹਨੇ ਪਹਿਲੇ ਪਹਿਲੇ ਪਿਆਰ ਦੀ ਸੌਗਾਤ ਮੰਗੀ ਯਾਰ ਤੋਂ ਆ ਤੇਰਾ ਸਾਰਾ ਹੋ ਫੀਸ ਫੜ ਮੁਦਰੀ ਕਰਾਤੀ ਸਨਿਆਰ ਤੋਂ ਹੌਲੀ ਹੌਲੀ ਕਰ ਮੈਂ ਤਾਂ ਹੱਦਾਂ ਹੀ ਟਪਾਤੀਆਂ ਟਪਾਤੀਆਂ ਹਾਏ ਹੋਰ ਫੀਸ ਫੜ ਘਰੋਂ ਵਾਲੀਆਂ ਕਰਾਤੀਆਂ ਹੋ ਗਿਫਟਾਂ ਦੇ ਲਾਤੇ ਉਹਦੇ ਬਾਡੇ ਤੇ ਢੇਰ ਮੈਂ ਹੋ ਪਾਰਟੀ ਵੀ ਦਿੱਤੀ ਕਰ ਜਿਗਰਾ ਦਲੇਰ ਮੈਂ ਹੋ ਲਖਨ ਨੂੰ ਤਾਂ ਜਾਪੇ ਯਾਰ ਉਹ ਪਹਿਲਾ ਪਹਿਲਾ ਪਿਆਰ ਸੀ ਪਰ ਡੁੱਬ ਜਾਣੀ ਦਾ ਇਹ ਸੋਲਵਾਂ ਕਿ ਯਾਰ ਸੀ ਹੋਏ ਅਗਲੇ ਦਿਨ ਕਿਸੇ ਹੋਰ ਨਾ ਹੋ ਭੱਜ ਗਈ ਹੋ ਪਤਾ ਲੱਗਾ 17ਵੇਂ ਅਮਰ ਬਾਈ ਨਾ ਫਰਾਰ ਸੀ ਹਾਏ ਹਾਏ ਕਿੱਡਾ ਖੁਸ਼ ਹੋਇਆ ਅਮਰ ਬਾਈ ਵੀ ਮੇਰੇ ਨਾਲ ਫਰਾਰ ਹੋਏ ਹੋਏ ਸੁਪਨੇ ਇਤੋਂ ਅੱਕ ਹਾਰ ਕੇ ਹੋ ਮੱਟੂ ਨੈਟੀ ਉੱਤੇ ਬਹਿ ਗਿਆ ਫੇਰ ਜਾ ਕੇ ਪੇਚਾ ਫੇਸਬੁੱਕ ਨਾਲ ਪੈ ਗਿਆ ਮੱਟੂ ਦੀ ਝੂਠੀ ਪਹਿਚਾਨ ਹੋ ਕੈਨੇਡਾ ਸਿਟੀਜ਼ਨ ਸੀ 5 ਮਹੀਨੇ ਉਹਦੇ ਨਾਲ ਕੀਤਾ ਬੜਾ ਫਨ ਸੀ ਕਹਿੰਦੀ ਐਪਲ ਜਾਂ ਫੋਨ ਕੋਈ ਤੋਹਫਾ ਭੇਜੋ ਬਾਹਰ ਤੋਂ ਹੋ ਲੁੱਟ ਪੁੱਟ ਹੋ ਗਿਆ ਮੱਟੂ ਫੇਰ ਦਵਾਰ ਤੋਂ ਚੰਗਾ ਮੱਟੂ ਵਿਚਾਰਾ ਮੱਟੂ ਕਹਿੰਦਾ 1 ਮਹੀਨੇ ਬਾਅਦ ਮੇਰਾ ਇੰਡੀਆ ਦਾ ਟੂਰ ਹੈ ਕਿੱਥੇ ਤੁਸੀਂ ਮਿਲੋਗੇ ਮੈਂ ਮਿਲਣਾ ਜ਼ਰੂਰ ਹੈ ਕਹਿੰਦੀ ਸ਼ਹਿਰ ਪਟਿਆਲਾ ਹੋ ਲਾਗੇ ਮੇਰਾ ਪਿੰਡ ਵੇ ਪੂਰਾ ਐਡਰੈਸ ਕਰੂੰ ਤੇਰੀ ਆਈਡੀ ਤੇ ਸੈਂਡ ਵੇ ਤੁਰ ਮੱਟੂ ਕਰੋ ਹੋ ਗੱਡੀ ਮੰਗ ਲੈ ਗਿਆ ਉਹ ਤੋਂ ਪਹਿਲਾਂ ਜਾ ਕੇ ਕੋਲੀ ਵਾਲਿਆਂ ਦੇ ਬਹਿ ਗਿਆ ਹੋਇਆ ਕੀ ਸੀ ਵਾਕਾ ਅੱਖਾਂ ਮੂਰੇ ਨੇਰੀ ਛਾ ਗਈ 2-3 ਸਾਲ ਦੇ ਵਿੱਚ ਨਹੀਂ ਲਵ ਸਟੋਰੀ ਉਹੀ ਡੁੱਬ ਜਾਣੀ 18ਵੇਂ ਦੀ ਪਾਲ ਵਿੱਚ ਆ ਗਈ ਉਹੀ ਡੁੱਬ ਜਾਣੀ 18ਵੇਂ ਦੀ ਪਾਲ ਵਿੱਚ ਆ ਗਈ ਕੀ ਹਾਲ ਚਾਲ ਜੀ ਬਸ ਜੀ ਵਧੀਆ ਸੁਪਨਾ ਕੀ ਹੈ ਡ੍ਰੀਮ ਕੀ ਹੈ ਆਪਣਾ ਡ੍ਰੀਮ ਤਾਂ ਆਪਣੇ ਆਪ ਲੱਭ ਲਏਗੀ ਸਾਨੂੰ ਸਾਡੀ ਮੰਜ਼ਿਲ ਹੈ ਹਾਂਜੀ ਮੰਜ਼ਿਲ ਸਾਨੂੰ ਆਪ ਹੀ ਲੱਭ ਲਏਗੀ ਨਹੀਂ ਕਰਨਾ ਵੀ ਕੁਝ ਪੈਂਦਾ ਮੈਂ ਇੱਥੇ ਖੜ ਜਾ ਮੰਜ਼ਿਲ ਆਉਣ ਦੀ ਕੁਛ ਕੁਛ ਬੰਦਾ ਸੋਚਦਾ ਵੀ ਮੈਂ ਟੀਚਰ ਬਣੂੰਗੀ ਮੈਂ ਇੰਜੀਨੀਅਰ ਬਣੂੰਗੀ ਤੁਸੀਂ ਆਪਾਂ ਵੀ ਟੀਚਰ ਦੇ ਹੀ ਡ੍ਰੀਮ ਚ ਆ ਬਟ ਅੱਗੇ ਦੇਖੋ ਹੁਣ ਕੀ ਆ ਅੱਗੇ ਮੈਂ ਦੇਖਾਂਗੀ ਤੁਸੀਂ ਦੇਖਣਾ ਉਹ ਤਾਂ ਮੈਂ ਦੇਖਾਂਗੀ ਹਾਂਜੀ ਤੁਸੀਂ ਦੇਖੋ ਨਾ ਫਿਰ ਕਿਉਂਕਿ ਅੱਗੇ ਦੇਖਾਂਗੀ ਮੈਂ ਚਲੋ ਠੀਕ ਹੈ ਤੁਸੀਂ ਬਣ ਜਾਓ ਟੀਚਰ ਸੋ ਕਿਊਟ ਜਿਹਾ ਸਰਦਾਰ ਹੈ ਜੀ ਹਨਾ ਸੋਹਣਾ ਜਿਹਾ ਆਪਾਂ ਬਾਈ ਤੋਂ ਗਾਣਾ ਸੁਣਦੇ ਬਾਈ ਗਾਣਾ ਆਉਂਦਾ ਸੁਣਾਓ ਸੁਣਾਓ ਫੜੋ ਮਾਈਕ ਹਾਂਜੀ ਕੁਦਰਤ ਨੇ ਖੇਲ ਵਿੱਚ ਆਇਆ ਸੀ ਨੀ ਜਦੋਂ ਆਪਣਾ ਮੇਲ ਕਰਾਇਆ ਸੀ ਕੁਦਰਤ ਨੇ ਖੇਲ ਰਚਾਇਆ ਸੀ ਨੀ ਜਦੋਂ ਆਪਣਾ ਮੇਲ ਕਰਾਇਆ ਸੀ ਬਿਜਲੀ ਦਿਲ ਮੇਰੇ ਤੇ ਵਰ ਗਈ ਸੀ ਕੁਝ ਹੋਇਆ ਸੀ ਦਿਲਦਾਰ ਮੈਨੂੰ ਕਿੱਦਾਂ ਜੀ ਮੈਨੂੰ ਕਹਿੰਦੇ ਕਿ ਮੈਂ ਇੱਕ ਅਜੀਬ ਤਰ੍ਹਾਂ ਦੀ ਆਵਾਜ਼ਾਂ ਵੀ ਕੱਢ ਲੈਂਦਾ ਉਹ ਕਿਹੜੀਆਂ ਆਵਾਜ਼ਾਂ ਕੁੱਤੇ ਦੀ ਆਵਾਜ਼ ਭੌਂਕਣ ਦੀ ਆਵਾਜ਼ ਆ ਸੁਣਾਓ ਭਰਾ ਮਹਿਫਲ ਲੱਗੀ ਵਧੀਆ ਹਾਂਜੀ ਇਹ ਬਿਮਾਰ ਆ ਕੁੱਤਾ ਬਿਮਾਰ ਬਿਮਾਰ ਵਾਲਾ ਸੀ ਨਾ ਅੱਛਾ ਅੱਛਾ ਉਹਦਾ ਸੀ ਰੱਖਿਆ ਸੀ ਨਾ ਬਿਮਾਰ ਸੀਗਾ ਉਸ ਟਾਈਮ ਬਿਮਾਰ ਦੀ ਆਵਾਜ਼ ਆਉਂਦੀ ਅੱਛਾ 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 ਤੇ ਬਿੱਲੀ ਬਿੱਲੀ ਲੜਦੀ ਹੈ ਬਹੁਤ ਵਧੀਆ ਬਾਈ ਬਹੁਤ ਵਧੀਆ ਚੰਕਲਾ ਭਾਈ ਕੁੱਤੇ ਬਿੱਲੀਆਂ ਵੀ ਨਹੀਂ ਛੱਡੀਆਂ ਬਾਈ ਹੋਰਾਂ ਨੇ ਜਿੱਧਰ ਤੱਕ ਮੈਨੂੰ ਲੱਗਦਾ ਮੈਂ ਕੁੜੀਆਂ ਦਾ ਦਿਲ ਜਲਦੀ ਜਿੱਤ ਲੈਣਾ ਹਾਂਜੀ ਉਹਨਾਂ ਦੀ ਦੋਸਤੀ ਦੇ ਸਰਕਲ ਚ ਉਹਨਾਂ ਦੇ ਦੋਸਤੀ ਸਰਕਲ ਚ ਦੋਸਤ ਬਣਾਉਣਾ ਹੋਵੇ ਤਾਂ ਅੱਛਾ ਐਵੇਂ ਆ ਆ ਫੜੋ ਮਾਈਕ ਆ ਜਾਓ ਹੈ ਪਰਸ ਹੈਗਾ ਪਰਸ ਫੀਲਿੰਗ ਲਈ ਕੁੜੀ ਆ ਮਿਲਦਾ ਵੀ ਹੈ ਨਾਲੇ ਹੁਣ ਤੁਸੀਂ ਕੀ ਕਿਹਾ ਸੀਗਾ ਕਿ ਕੁੜੀਆਂ ਮੈਂ ਛੇਤੀ ਦਿਲ ਜਿੱਤ ਲੈਂਦਾ ਦੋਸਤ ਬਣਾਉਣ ਚ ਐ ਪੱਟੂ ਆਇਆ ਵੀ ਨਵਨੀਤ ਸਿਆ ਇਹ ਰਵਨੀਤ ਹੱਥ ਹੱਥ ਦਿਲਾ ਪਹਿਲੇ ਦਿਨ ਹੱਥ ਉਹ ਭਰਾਵਾ ਦਿਲ ਜਿੱਤਣਾ ਕੀ ਜਿੱਤਣਾ ਤੂੰ ਪਿੱਛੇ ਪਿੱਛੇ
ਦੁਬਾਰਾ ਦੁਬਾਰਾ ਅਗੇਨ ਹੈ ਰਵਨੀਤ ਹੈ ਚੰਗਾ ਵਾਲਾ ਦਾ ਸੂਟ ਪਾ ਰਵਨੀਤ ਇਹ ਰਵਨੀਤ ਧਿਆਨ ਤਾਂ ਦੇ ਦੇ ਉਹ ਗੱਲ ਸੁਣ ਹਾਂ ਦੱਸ ਮੈਂ ਤੈਨੂੰ ਕੋਈ ਗੱਲ ਸਮਝਾਉਣੀ ਸੀ ਉਰੇ ਆ ਮੇਰੇ ਲਾਗੇ ਦਾ ਮੈਂ ਇਹ ਕਹਿਣਾ ਸੀ ਉਹ ਮੁੰਡਾ ਤੇਰੇ ਬਾਰੇ ਗਲਤ ਬੋਲਦਾ ਕਿਹੜਾ ਉਹ ਜਿਹੜਾ ਉੱਧਰ ਤੈਨੂੰ ਘੂਰਦਾ ਨਾ ਉਹ ਜਿਹੜਾ ਸ਼ੇਵ ਕਰਾ ਕੇ ਆਉਂਦਾ ਸ਼ੇਵ ਉਹ ਵਾਲਾ ਤੇ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਸੀਗਾ ਤੂੰ ਮੇਰੇ ਨਾਲ ਰਿਹਾ ਕਰ ਆਪਾਂ ਇਕੱਠੇ ਫਰੈਂਡ ਬਣ ਕੇ ਰਿਹਾ ਕਰਾਂਗੇ ਅੱਛਾ ਤੂੰ ਬਚਾ ਲੇਗਾ ਮੈਂ ਤੈਨੂੰ ਹਰ ਥਾਂ ਬਚਾ ਲਾਂਗਾ ਹਰ ਥਾਂ ਤੇ ਉਹ ਲੈ ਅੱਛਾ ਅੱਛਾ ਤੇ ਜੇ ਉਹਨੇ ਕੁੱਟਤਾ ਤੈਨੂੰ ਐਵੇਂ ਕਿਵੇਂ ਕੁੱਟ ਦੇਗਾ ਸਰਦਾਰ ਫਿਰ ਐਵੇਂ ਕੁੱਟਿਆ ਥੋੜੀ ਨਾ ਜਾਏਗਾ ਅੱਛਾ 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 ਤੂੰ ਸਮਝਿਆ ਕਰ ਮੇਰੇ ਨਾਲ ਰਿਹਾ ਕਰ ਤੂੰ ਠੀਕ ਹੈ ਨਾ ਹੱਥ ਪਿੱਛੇ ਕਰ ਲਾ ਤੈਨੂੰ ਦੱਸਾਂ ਮੋਇਆ ਕੇ ਥਾਂ ਮੋਇਆ ਹੱਥ ਪਿੱਛੇ ਕਰ ਲਾ ਮੈਂ ਆਪਣੇ ਆਪ ਕਰ ਲੂੰਗਾ ਸੋ ਜਿੱਤ ਲਿਆ ਵੀ ਜਿੱਤ ਲਿਆ ਹਾਂ ਦਿਲ ਪਤਾ ਨਹੀਂ ਕਿੰਨਾ ਜਿੱਤਿਆ ਪਰ ਇਹ ਹੈ ਵੀ ਦੇਖੋ ਯਾ ਕਿਹੜੇ ਮੁੰਡੇ ਦੀ ਕੀਤੀ ਬੇਇੱਜ਼ਤੀ ਇਦਾਂ ਇਹ ਕਿਤਾ ਐਕਸਪੈਰੀਮੈਂਟ ਵਰਦੇ ਹੁੰਦੇ ਤੁਸੀਂ ਆਲ ਨਹੀਂ ਨਹੀਂ ਐਕਸਪੈਰੀਮੈਂਟ ਨਹੀਂ ਆ ਬਾਈ ਟੈਕਟ ਨੇ ਗਾਣਾ ਨੀ ਤੂੰ ਬਰਫ ਦੀ ਢਲੀ ਵਾਂਗੂ ਖੂਰੇਂਗੀ ਜਦ ਕੁੜੀਆਂ ਚ ਗੱਲ ਮੇਰੀ ਤੁਰੇਗੀ ਨੀ ਤੂੰ ਬਰਫ ਦੀ ਢਲੀ ਵਾਂਗੂ ਖੂਰੇਂਗੀ ਜਦ ਕੁੜੀਆਂ ਚ ਗੱਲ ਮੇਰੀ ਤੁਰੇਗੀ ਨੀ ਤੂੰ ਜਾਪਿਆ ਕਰੇਂਗੀ ਜੈਰੀ ਬੁੱਲੀਆਂ ਚ ਨਾ ਮੇਰਾ ਲੈਣ ਦੇ ਫੋਟੋ ਨਵਨੀਤ ਦੀ ਸਰਾਣੇ ਰੱਖ ਸੋਇਆ ਕਰੇਂਗੀ ਨੀ ਦਿਨ ਆ ਲੈਣ ਦੇ ਪਿਆਰ ਨਾ ਗਾਇਆ ਕਰ ਉਹਦੇ ਪੱਥਰ ਮਾਰ ਦਿਓ ਵੋਟੋ ਜੜ ਦੀ ਬਰਫ ਦੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਜੀ ਭਾਈ ਬਾ ਵਧੀਆ ਤੁਸੀਂ ਦੱਸੋ ਜੀ ਚੜ੍ਹਦੀ ਗੱਲ ਸ਼ੁਕਰ ਆ ਭਾਈ ਮੇਰਾ ਹਾਲ ਚਾਲ ਪੁੱਛਣ ਦੇ ਪੁੱਛਦੇ ਕੋਈ ਨਹੀਂ ਅਤੇ ਕਿੱਥੋਂ ਬਿਲੋਂਗ ਕਰਦੇ ਹੋ ਵੀਰੇ ਭਾਈ ਮੈਂ ਯੂਨੀਵਰਸਿਟੀ ਦੇ ਨਾਲ ਪਿੰਡ ਸ਼ੇਖਪੁਰਾ ਮੇਰਾ ਜੀ ਅੱਛਾ 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 ਠੀਕ ਹੈ ਅਤੇ ਕੀ ਕੰਮ ਕਰ ਗਏ ਆਪਣਾ ਘਰ ਪਰਿਵਾਰ ਘਰ ਪਰਿਵਾਰ ਖੇਤੀ ਨਾ ਇਹ ਪਾਪਾ ਯੂਨੀਵਰਸਿਟੀ ਡਿਪਾਰਟਮੈਂਟ ਕੈਮਿਸਟਰੀ ਡਿਪਾਰਟਮੈਂਟ 'ਚ ਲੱਗੇ ਹੋਏ ਨੇ ਜੀ ਪ੍ਰੋਫੈਸਰ ਕਹਿ ਲਓ ਪ੍ਰੋਫੈਸਰ ਹਾਂਜੀ 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 ਫਿਰ ਤਾਂ ਵਧੀਆ ਜੀ ਹਾਂਜੀ ਫਿਰ ਪੜ੍ਹਾਈ ਪੜ੍ਹਾਈ ਚਲੋ ਪੜ੍ਹਾਈ ਪੜ੍ਹਾਈ ਆਪਾਂ ਤਾਂ ਜੀਰੋ ਹਾਂ ਹਾਂ ਕਿਉਂਕਿ ਘਰ ਦੇ ਪੜ੍ਹ ਗਏ ਨਾ ਹਾਂ ਜੀ ਹੈਗੇ ਨਹੀਂ ਘਰ ਦੇ ਪੂਰਾ ਕਰਕੇ ਅਸੀਂ ਕੁਛ ਅਲੱਗ ਕਰਾਂਗੇ ਹਾਂ ਹਾਂ ਅਲੱਗ ਹੁਣ ਕਰਕੇ ਤਾਂ ਹੋ ਫਿਰ ਅਲੱਗ ਕੁਛ ਮੇਰੇ ਵੀਰ ਨੇ ਗਾਇਆ ਸੀ ਫੋਟੋ ਲਗਾਉਣਾ ਹੈਗਾ ਅਤੇ ਉਹ ਅਤੇ ਵੀਰ ਜੀ ਅਸੀਂ ਦੱਸ ਜੀ ਕਿਸ ਤਰ੍ਹਾਂ ਗਾਣਗੇ ਉਹ ਗਾਣਾ ਇਸ ਤਰ੍ਹਾਂ ਗਾਣਗੇ ਹਾਂ ਯੈਸ ਜੀ ਜੈਸੇ ਆਪ ਬੋਲਤੇ ਨਾ ਵੈਸੇ ਅਤੇ ਕੁੜੀਆਂ 'ਚ ਗੱਲ ਮੇਰੀ ਤੁਰੇਗੀ ਅੱਗੇ ਬਰਫ ਦੀ ਡਲੀ ਵਾਂਗ ਖੂਰੇਂਗੀ ਅੱਗੇ ਜਦ ਕੁੜੀਆਂ 'ਚ ਗੱਲ ਮੇਰੀ ਤੁਰੇਗੀ ਓਏ ਸੋ ਬਹੁਤ ਵਧੀਆ ਲੱਗਿਆ ਜੀ ਮੋਦੀ ਕਾਲਜ ਪਟਿਆਲਾ ਦੇ ਵਿੱਚ ਇਹ ਸਫ਼ਰ ਹੁਣ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਬਈ ਜਾਣਾ ਪੈਣਾ ਵੈਸੇ ਜਾਣ ਨੂੰ ਦਿਲ ਨਹੀਂ ਕਰਦਾ ਪਰ ਹਨਾ ਜੀ ਤੁਹਾਨੂੰ ਪਤਾ ਸਮਾਂ ਨਹੀਂ ਇਜਾਜ਼ ਦਿੰਦਾ ਸੋ ਅਗਲੇ ਹਫ਼ਤੇ ਦੇ ਵਿੱਚ ਇੱਕ ਨਵੇਂ ਕਾਲਜ ਦੀ ਕੰਟੀਨ ਦਾ ਨਜ਼ਾਰਾ ਮੈਂ ਤੁਹਾਨੂੰ ਦਿਖਾਊਂਗਾ ਨਵੇਂ ਨਵੇਂ ਬੱਚੇ ਨਵਾਂ ਨਵਾਂ ਟੈਲੈਂਟ ਸ਼ੋਅ ਨੂੰ ਪਿਆਰ ਕਰਦੇ ਰਹੋ ਬਈ ਕੰਟੀਨੀ ਮੰਡੀਰ ਰਵਨੀਤ ਵੱਲੋਂ ਇਜਾਜ਼ਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਦੋ ਜੀ ਹੋਰ ਕਵਰ ਚੱਲੀ ਥੈਂਕਸ ਫੋਰ ਵਾਚਿੰਗ ਕੰਟੀਨੀ ਮੰਡੀਰ ਔਰ MH1 ਕੰਟੀਨੀ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮਚ